ਦੱਸ ਜੀ ਮੈਂ ਯੂਨੀਅਨ ਕੌਂਸਲ ਕੋਟਲੀ ਆਦਿਲ ਮੋਜ਼ਾ ਕੋਟਲੀ ਆਦਿਲ ਦਾ ਰਿਹਾਇਸ਼ੀ ਹਾਂ। ਮੈਂ ਇੱਥੋਂ ਦੀ ਗਰੀਬ ਆਵਾਮ ਦਾ ਨੁਮਾਇੰਦਾ ਹਾਂ। ਮੈਨੇ ਦੋਸਤਾਂ ਦਾ ਬੜਾ ਸ਼ੁਕਰ ਗੁਜ਼ਾਰ ਹਾਂ ਕਿ ਇਹਨਾਂ ਨੇ ਮੇਰੇ ਆ ਕੇ ਤੇ ਇੱਥਾਂ ਆਏ ਔਰ ਮੇਰੇ ਨਾਲ ਵਾਅਦਾ ਕੀਤੇ ਕਿ ਅਸਾਂ السلام علیکم ورحمۃ اللہ وبرکاتہ میں ہاں محمد عدنان اور تساں دے میرا یوٹیوب چینل گلاب جی میں امید کرنا اللہ دے کرم نال اللہ دے فضل نال میں بھی ٹھیک ہاں اور تساں بھی ٹھیک ہو سب تو پہلے میرے چینل کو سبسکرائب کرے سو لائک پرست کرے نے ویڈیو سٹارٹ دوستو اج دی ویڈیو بڑی مزیدار ہے اور بڑی دلچسپ ہے ٹائم تھیندا پے پوری نو دا میں ویڈیو سٹارٹ کیتی ہے تا ویڈیو پوری واچ کرنی ہے ویڈیو سکپ نہیں کرنی اج دی ویڈیو وچ بڑا مزہ آسی انشاءاللہ کیونکہ سارا دوست ہے شہزاد خان ਨਕੋਲੀ ਆਦਲ ਦੇ ਰਹਿਣ ਵਾਲਾ ਹੁਣ ਫੋਨ ਕਿਤੇ ਹਮਦਾਨ ਭਾਈ ਮੇਰੇ ਕੋਲ ਆ ਵੰਜੋ ਅਤੇ ਛੋਟਾ ਮੋਟਾ ਨਾ ਪ੍ਰੋਗਰਾਮ ਰੱਖਿਆ ਸੀ ਕਿਉਂਕਿ ਇਲੈਕਸ਼ਨ ਦਾ ਜਿਵੇਂ ਜ਼ੋਰ ਹੈ ਕੰਪੇਨ ਵਗੈਰਾ ਚੱਲਦੀ ਪਈ ਹੈ ਅਤੇ ਤੁਸੀਂ ਆਓ ਅਤੇ ਨਾ ਕੁਛ ਨਾ ਦੋਸਤ ਵੀ ਹਨ ਮੀਡੀਆ ਵਾਲੇ ਉਹ ਵੀ ਆਏ ਖੜੇ ਨੇ ਤਾਂ ਉੱਥੇ ਵਹਿੰਦੇ ਪਿਆ ਹੈ ਉਹਨਾਂ ਦੇ ਹਾਲ ਵਾਲ ਸੁਣ ਤੂੰ ਔਰ ਕਿਆ ਸੁਰਤ ਹਾਲ ਹੈ ਕਿਆ ਇੰਟਰਵਿਊ ਹੈ ਉਹਨਾਂ ਦਾ ਅਤੇ ਵਿਲਾਗ ਬਿਹਤਰੀਨ ਉੱਥੇ ਅੱਜ ਦਾ ਇਨਸ਼ਾਅੱਲਾ ਵੀਡੀਓ ਵਾਚ ਕਰਨੀ ਪੂਰੀ ਤਸਕੇਬ ਨਹੀਂ ਕਰਨੀ ਕਿਉਂਕਿ ਮੈਂ ਤੁਹਾਡੀ ਸਪੋਰਟ ਨਾਲ ਮੈਂ ਚੱਲਦਾ ਤਾਂ ਵੀਡੀਓ ਨਾਲ ਤੁਸੀਂ ਜੁੜੇ ਰਹੋ ਇਨਸ਼ਾਅੱਲਾ ਮੈਂ ਮਜ਼ੀਦ ਉੱਥੇ ਵੰਨ ਤੇ ਬੋਲ ਨਿਊਜ਼ ਵਾਲੇ ਨਾ ਦੋਸਤ ਹਨ ਉਹ ਵੀ ਆਏ ਖੜੇ ਇੰਟਰਵਿਊ ਸੁਣ ਸੁਣ ਔਰ ਤੁਹਾਕ ਨਾ ਸੁਣ ਜੀ ਮੈਂ ਯੂਨੀਅਨ ਕੌਂਸਲ ਕੋਟਲੀ ਆਦਿਲ ਮੋਜ਼ਾ ਕੋਟਲੀ ਆਦਿਲ ਦਾ ਰਿਹਾਇਸ਼ੀ ਹਾਂ। ਮੈਂ ਇੱਥੋਂ ਦੀ ਗਰੀਬ ਆਵਾਮ ਦਾ ਨੁਮਾਇੰਦਾ ਹਾਂ। ਮੈਨੇ ਦੋਸਤਾਂ ਦਾ ਬੜਾ ਸ਼ੁਕਰ ਗੁਜ਼ਾਰ ਹਾਂ ਕਿ ਇਹਨਾਂ ਨੇ ਮੇਰੇ ਆ ਕੇ ਤੇ ਇੱਥਾਂ ਆਏ ਔਰ ਮੇਰੇ ਨਾਲ ਵਾਅਦਾ ਕੀਤੇ ਕਿ ਅਸਾਂ ਜੇ ਕੋਈ ਮੁਤਫਿਕਾ ਤੌਰ ਤੇ ਵੋਟ ਦੇ ਸੋ ਇੱਕ ਬੰਦੇ ਕੋ ਦੇ ਸੋ ਹੂੰ ਕੋ ਦੇ ਸੋ ਜਿਹੜਾ ਸਾਡੇ ਮਸਾਇਲ ਹੱਲ ਕਰੇ ਸੀ। ਮੋਜ਼ਾ ਕੋਟਲੀ ਆਦਿਲ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਨਹੀਂ ਵਜਾ ਤੋਂ ਹੈ ਕਿ ਤਹਿਸੀਲ ਜਾਰੋ ਪੀਰ ਵਾਲੇ ਦਾ ਸਭ ਤੋਂ ਵੱਡਾ ਮੋਜ਼ਾ ਹੈ ਔਰ 8000 ਵੋਟ ਰੱਖਣ ਵਾਲੇ ਮੋਜ਼ੇ ਦੀ ਹਾਲਤ ਇਜ਼ਾਰ ਇਹ ਕਿ ਤਾਂ ਨਾ ਕੋਈ ਡਿਸਪੈਂਸਰੀ ਹੈ ਨਾ ਪੀਵਣ ਦਾ ਸਾਫ਼ ਪਾਣੀ ਹੈ ਨਾ ਸਾਡੇ ਇਲਾਕੇ ਦੇ ਵਿੱਚ ਲੋਕਾਂ ਕੋਲ ਗਲੀਆਂ ਦੇ ਵਿੱਚ ਟੁਰਨ ਦੀ ਜਾ ਹੈ ਔਰ ਨਾ ਹੀ ਸਾਡੇ ਲੋਕਾਂ ਦੇ ਵਾਸਤੇ ਕੋਈ ਰੋਜ਼ਗਾਰ ਦੇ ਵਸਾਇਲ ਹੈ। ਈਵਨ ਤੁਸੀਂ ਸਾਡੀ ਜਨਾਜ਼ੇ ਗਾਰਡ ਇੱਕ ਗਿਨੋ ਤਾਂ ਤੁਹਾਨੂੰ ਅੰਦਾਜ਼ਾ ਸੀ ਕਿ ਇੱਥਾਂ ਉੱਥਾਂ ਕਿਰੇ ਅਸਾਂ ਆਪਣਾ ਜਨਾਜ਼ਾ ਨਹੀਂ ਪੜ ਸਕਦੇ ਆਪਣੇ ਵਿਰਸਾ ਦਾ। ਇਹ ਬਹੁਤ ਵੱਡੇ ਮਸਾਇਲ ਹਨ ਔਰ ਈ ਇਲਾਕੇ ਦੀ ਤਾਰੀਖ ਇਹ ਹੈ ਕਿ ਅਸਾਂ ਲੋਕਾਂ ਜਿੱਦਣ ਵੀ ਕਹਿੰਦੇ ਨਾਲ ਵਾਅਦਾ ਕੀਤੇ ਵੋਟ ਦਾ ਅਸਾਂ ਪਿਓਰ ਵੋਟ ਦਿੱਤੇ ਨੇ ਕਈ ਨਾਲ ਕੋਈ ਮੁਨਾਫਕਤ ਨਹੀਂ ਕੀਤੀ ਅਸਾਂ ਉਹਨਾਂ ਕੋਲ ਜਿਤਵਾ ਕੇ ਭੇਜੇ ਲੇਕਿਨ ਸਾਡੇ ਵੋਟ ਦੀ ਕੋਈ ਸਿਆਸਤਦਾਨ ਹੈ ਜਿਹੜਾ ਕਦਰੋ ਕੀਮਤ ਨਹੀਂ ਕਰੇਂਦਾ ਔਰ ਹਰ ਬੰਦਾ ਆ ਕੇ ਸਾਡੇ ਵੋਟ ਕੋ ਆਪਣਾ ਵੋਟ ਗਿਣਵਾ ਕੇ ਮਿਲਦੇ ਲਿਹਾਜ਼ਾ ਅਸਾਂ ਲੋਕਾਂ ਕੋ ਦੱਸਣਾ ਚਾਹੁੰਦੇ ਹਾਂ ਕਿ ਇਹ ਵੋਟ ਸਾਡਾ ਆਪਣਾ ਵੋਟ ਹੈ ਅਸਾਂ ਇੱਥੋਂ ਦੇ ਜਿਹੜੇ ਮੋਜ਼ੇ ਦੇ ਲੋਕ ਹੈ ਮੁਤਫਿਕਾ ਸੀ ਕਿ ਅਸਾਂ ਇਹ ਫੈਸਲਾ ਕੀਤੇ ਕਿ ਸਾਡੀ ਸਰਬਰਾਹੀ ਦੇ ਵਿੱਚ ਇਹ ਸਾਰੇ ਦੋਸਤ ਇੱਕ ਬੰਦੇ ਕੋ ਵੋਟ ਦੇ ਸਨ ਜਿਹਦੇ ਉੱਤੇ ਮੁਤਫਿਕ ਸੀ ਸੋ ਅਸਾਂ ਔਰ ਅਸਾਂ ਆਪਣੇ ਮਸਾਇਲ ਦਾ ਹੱਲ ਕਿਵੇਂ ਕਰਦੇ ਸੀ ਅਗਰ ਉਸ ਆਪ ਕੋ ਮੁਤਮਈਨ ਕਰੇ ਸੀ ਵੀ ਸਾਡੇ ਇਲਾਕੇ ਦੇ ਗਰੀਬ ਆਵਾਮ ਦੇ ਮਸਾਇਲ ਦਾ ਹੱਲ ਇਹ ਉਹਦੇ ਕੋਲ ਅਸਾਂ ਕੋ ਜ਼ਰੂਰ ਵੋਟ ਦੇ ਸੋ ਅਦਰਵਾਇਜ਼ ਅਸਾਂ ਵੋਟ ਕਹਿਣਾ ਦੇ ਸੀ ਔਰ ਜਿਹੜੇ ਸਾਡੇ ਸਿਆਸਤਦਾਨ ਦੋਸਤ ਹਨ ਉਹਨਾਂ ਕੋ ਮੈਂ ਇੱਕ ਮਸ਼ਵਰਾ ਦੇਣਾ ਚਾਹੁੰਦਾ ਕਿ ਅਗਰ ਤੁਸੀਂ ਲੋਕਾਂ ਦੇ ਕਾਰ ਛੋੜ ਕੇ ਆਪਣੇ ਬਾਲਾਂ ਦੀ ਰੋਜ਼ੀ ਛੋੜ ਕੇ ਇਲੈਕਸ਼ਨ ਦੇ ਤੁਹਾਡੀ ਕੰਪੇਨ ਕਰਦੇ ਹਨ ਤੁਹਾਡੇ ਕਿਤਨੀ ਮਸਾਇਲ ਤਲਾ ਬੋਲ ਰਹੇ ਹੋ ਉਸ ਮੈਂ ਦੀ ਗੱਲ ਹੈ ਲੈਣ ਉਹਨਾਂ ਦੀ ਮਿਹਰਬਾਨੀ ਔਰ ਅਸਾਂ ਇਨਸ਼ਾਅੱਲਾ ਇਹ ਇਲੈਕਸ਼ਨ ਦੇ ਵਿੱਚ ਜਿਹੜੇ ਵੀ ਧੜੇ ਨਾਲ ਖੜੇ ਹੋ ਸੋ ਕੋਟਲੀ ਆਦਿਲ ਨੂੰ ਧੜੇ ਕੋ ਭਰਪੂਰ ਔਰ ਸਾਡੀ ਤਾਰੀਖ ਰਹੀ ਹੈ 2002 ਮਾਸ਼ਾਅੱਲਾ ਬੜਾ ਮਜ਼ਾ ਆ ਗਿਆ ਸ਼ਹਿਜ਼ਾਦ ਭਾਈ ਨੇ ਬੜਾ ਅੱਛਾ ਇੰਟਰਵਿਊ ਦਿੱਤੇ ਮੀਡੀਆ ਵਾਲੇ ਅੱਗੋਂ ਕਾਫੀ ਦਿਲਚਸਪ ਆ ਕਿਉਂਕਿ ਇੱਕ ਆਵਾਮ ਦੀ ਖਾਤਰ ਆਵਾਜ਼ ਉਠਾਉਣੀ ਚਾਹੀਦੀ ਹੈ। ਮੈਂ ਅਪੀਲ ਕਰੇ ਸਾਂ ਕਿਉਂਕਿ ਇਹ ਜਿਹੜੇ ਸਾਰੇ ਐਮ ਪੀ ਏ ਜਾਂ ਐਮ ਐਨ ਏ ਲੋਕ ਹੈ ਨਾ ਇਹ ਊਂ ਟਾਈਮ ਕਹਿਣੀਆਂ ਦੇ ਜਾਂ ਕੋਈ ਦੁੱਖ ਸੁੱਖ ਹੈ ਊਂ ਟਾਈਮ ਕਹਿਣਾ ਆਸਨ ਜਿਸ ਟਾਈਮ ਇਲੈਕਸ਼ਨ ਦਾ ਜ਼ੋਰ ਹੋ ਸੀ ਊਂ ਟਾਈਮ ਆਸਨ ਕਿਉਂਕਿ ਇਹ ਹੱਕ ਨਹੀਂ ਬਣਦਾ ਉਹਨਾਂ ਦਾ ਮਾਂ ਉਹਨੇ ਕੋਈ ਗੁੱਸਾ ਹੀ ਲੱਗੇ ਮੈਂ ਇਹ ਹੱਕ ਦੀ ਗੱਲ ਕਰੇ ਸਾਂ ਯਾਰ ਦੁੱਖ ਸੁੱਖ ਵੇਲੇ ਤਾਂ ਸ਼ਾਮਿਲ ਨਥੇ ਕਰੋ ਉਵੇਂ ਆਪਣੇ ਮਤਲਬ ਦੀ ਖਾਤਰ ਸਾਂ ਆਉਂਦੇ ਵੇ ਦੁੱਖ ਸੁੱਖ ਦੀ ਖਾਤਰ ਸਾਂ ਨਹੀਂ ਵੇ ਆਉਂਦੇ ਇਹ ਬਹੁਤ ਗਲਤ ਨਾ ਜਾਇਜ਼ੀਏ ਤਾਂ ਜੋ ਆਵਾਮ ਦਾ ਹੱਕ ਹੈ ਉਹ ਦਿਓ ਆਵਾਮ ਜੋ ਤੁਹਾਨੂੰ ਵਾਉਣ ਦਿੰਦੀ ਹੈ ਔਰ ਤੁਹਾਡਾ ਵੀ ਹੱਕ ਬਣਦੇ ਜਾਂ ਕੁਛ ਨਾ ਕੁਛ ਆਵਾਮ ਦੀ ਖਾਤਰ ਨਾ ਤੁਸੀਂ ਕਰਨਾ ਚਾਹੀਦਾ ਤਾਂ ਵੀਡੀਓ ਅੱਛੀ ਲੱਗੀ ਵੀਡੀਓ ਪੂਰੀ ਬਾਤ ਕਰੇ ਸੋ ਮੇਰੇ ਚੈਨਲ ਕੋ ਸਬਸਕ੍ਰਾਈਬ ਕਰੇ ਸੋ ਪਾਕਿਸਤਾਨ ਜ਼ਿੰਦਾਬਾਦ ਪਾਕ ਫੌਜ ਪੈਂਦਾਬਾਦ ਆਪਣਾ ਖਿਆਲ ਰੱਖਣੇ ਔਰ ਜਬ ਤੱਕ ਕੇ ਲੀਏ ਅੱਲਾ ਹਾਫਿਜ਼ ਮਿਹਰਬਾਨੀ।